ਸਵਾਗਤ ਹੈ ਤੁਹਾਡਾ ਸਾਰਿਆਂ ਦਾ ਐਜੂਕੇਸ਼ਨ ਵਰਲਡ ਦੇ ਅਫੀਸ਼ੀਅਲ YouTube ਚੈਨਲ ਐਜੂਕੇਸ਼ਨ ਵਰਲਡ EW ਤੇ। ਸਭ ਤੋਂ ਪਹਿਲੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਸਬਸਕ੍ਰਾਈਬ ਕਰ ਲਓ, ਨਾਲ ਦੇ ਨਾਲ ਨੀਚੇ ਦਿੱਤੇ ਗਏ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨਾਲ ਦੇ ਨਾਲ ਨੋਟੀਫਿਕੇਸ਼ਨ ਜਿਹੜੀਆਂ ਵਾ ਉਹ ਆਉਣ ਵਾਲੀਆਂ ਮਿਲਦੀਆਂ ਰਹਿਣ। ਅੱਜ ਅਸੀਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਟਿਊਟ ਦੁਆਰਾ ਦਿੱਤੇ ਗਏ ਟੈਸਟ ਦੀ, ਠੀਕ ਹੈ। ਜਿਹੜਾ ਐਗਜ਼ਾਮ ਜਿਹੜਾ ਉਹਦਾ ਹੋਇਆ ਸੀਗਾ ਕੱਲ੍ਹ ਹੋਇਆ ਸੀਗਾ ਐਤਵਾਰ ਨੂੰ 22 ਜਨਵਰੀ। ਐਗਜ਼ਾਮ ਦੇ ਵਿੱਚ ਕੁਝ ਚੇਂਜਸ ਹੋਈਆਂ ਸੀਗੀਆਂ ਉਹਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲੇ ਐਗਜ਼ਾਮ ਦੇ ਵਿੱਚ 150 ਕੁਐਸਚਨ ਸੀਗਾ ਜੋ ਕਿ ਇਸ ਵਾਰੀ ਵੀ 150 ਸੀਗਾ, ਪਹਿਲੇ ਜਿਹੜਾ ਐਗਜ਼ਾਮ ਹੋਇਆ ਸੀਗਾ ਉਹਦੇ ਵਿੱਚ ਵੀ 150 ਕੁਐਸਚਨ ਸੀਗਾ। ਉਹਦੇ ਨਾਲ ਨਾਲ ਜਿਹੜਾ ਆ 150 ਕੁਐਸਚਨ ਦੇ ਲਈ ਪਹਿਲੇ ਸਾਨੂੰ ਮਿਲਦਾ ਰਿਹਾ 2.5 ਘੰਟੇ ਦਾ ਟਾਈਮ, ਠੀਕ ਹੈ, ਬਟ ਇਸ ਵਾਰੀ ਐਗਜ਼ਾਮ ਵਿੱਚ ਉਹਨਾਂ ਨੇ 2.5 ਘੰਟੇ ਤੋਂ ਬਦਲ ਕੇ 3 ਘੰਟੇ ਦਾ ਟਾਈਮ ਕਰ ਦਿੱਤਾ। ਅੱਗੋਂ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਜਿਹੜੇ ਸੀਗੇ ਸਬਜੈਕਟ ਸੀਗੇ। ਫਸਟ ਇਹਦੇ ਵਿੱਚ ਸੀਗਾ ਇੰਗਲਿਸ਼, ਠੀਕ ਹੈ, ਇੰਗਲਿਸ਼, ਮੈਥਸ ਔਰ ਸੋਸ਼ਲ ਸਟੱਡੀਜ਼, ਠੀਕ ਹੈ, ਜਿਹਦੇ ਵਿੱਚ ਇੰਗਲਿਸ਼ ਜਿਹੜੀ ਆ 40 ਕੁਐਸਚਨ ਸੀਗੇ, ਮੈਥਸ ਜਿਹੜੀ ਆ ਉਹ 80 ਕੁਐਸਚਨ ਸੀਗੇ, SST ਜਿਹੜੀ ਆ ਉਹ 30 ਕੁਐਸਚਨ ਸੀਗੇ, ਠੀਕ ਹੈ। ਟੋਟਲ 150 ਕੁਐਸਚਨ ਸੀਗੇ ਐਂਡ 4 ਨਾਲ ਮਲਟੀਪਲਾਈ ਕਰਕੇ 600 ਨੰਬਰ ਦਾ ਜਿਹੜਾ ਸੀਗਾ ਉਹ ਪੇਪਰ ਸੀਗਾ, ਠੀਕ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਲੈਵਲ ਕੀ ਸੀਗਾ ਇੰਗਲਿਸ਼ ਮੈਥ SST ਪੇਪਰ ਦੇ ਵਿੱਚ, ਲੈਵਲ ਕੀ ਸੀਗਾ। ਇੰਗਲਿਸ਼ ਜਿਹੜੀ ਸੀਗੀ ਉਹ ਈਜ਼ੀ ਟੂ ਮੋਡਰੇਟ ਸੀਗੀ, ਈਜ਼ੀ ਟੂ ਮੋਡਰੇਟ, ਮੈਥਸ ਵੀ ਈਜ਼ੀ ਟੂ ਮੋਡਰੇਟ ਸੀਗਾ, ਲੇਕਿਨ SST ਜਿਹੜੀ ਆ ਉਹ ਥੋੜੀ ਮੋਡਰੇਟ ਟੂ ਟਫ ਸੀਗਾ, ਮਤਲਬ SST ਦਾ ਲੈਵਲ ਜਿਹੜਾ ਥੋੜਾ ਟਫ ਸੀਗਾ, ਠੀਕ ਹੈ। ਔਰ ਆਪਣਾ ਜਿਹੜਾ ਆ ਇਹਦੇ ਵਿੱਚ ਜਿਹੜੀ ਆ ਉਹ 4 ਮਾਰਕਸ ਦਾ ਇੱਕ ਜਿਹੜਾ ਕੁਸ਼ਚਨ ਆ ਉਹ 4 ਮਾਰਕਸ ਦਾ ਸੀਗਾ, 4 ਮਾਰਕਸ ਦਾ ਕੁਸ਼ਚਨ ਸੀਗਾ, ਔਰ ਨੈਗੇਟਿਵ ਮਾਰਕਿੰਗ ਦੇ ਲਈ 1 ਮਾਰਕਸ ਜਿਹੜਾ ਉਹ ਕੱਟ ਕੀਤਾ ਜਾਏਗਾ। ਔਰ ਅਗਰ ਤੁਸੀਂ ਕੁਝ ਅਟੈਂਪਟ ਨਹੀਂ ਕੀਤਾ, ਅਗਰ 0 ਕੁਐਸਚਨ ਅਟੈਂਪਟ ਆ, ਮਤਲਬ ਕੋਈ ਕੁਐਸਚਨ ਅਟੈਂਪਟ ਨਹੀਂ ਕੀਤਾ, ਉਹਦਾ ਕੋਈ ਮਾਰਕਸ ਵੀ ਕੱਟ ਨਹੀਂ ਹੋਏਗਾ, ਠੀਕ ਹੈ। ਇਹ ਸੀਗਾ ਸਾਡਾ ਮਹਾਰਾਜਾ ਰਣਜੀਤ ਸਿੰਘ ਦੇ ਐਗਜ਼ਾਮ ਦੇ ਪੈਟਰਨ ਬਾਰੇ। ਧੰਨਵਾਦ।